ਇਸ ਵਕਤ ਅਸੀਂ ਕਿੱਥੇ ਬੈਠੇ ਆ, ਕਿਹੜੇ ਪਿੰਡ ਚ ਬੈਠੇ ਆ? ਲਾਹੌਰ। ਲਾਹੌਰ ਕਿਹੜੀ ਤਹਿਸੀਲ ਲੱਗਦੀ ਜਿਹਨੂੰ? ਸੰਤਾਲੀ ਦੇ ਪਹਿਲੇ ਦੀ ਗੱਲ ਕਰਦੇ ਸੀ ਚੌਦਾਂ ਕਮਾਦ ਦੇ ਦੋ ਹੀ ਭਰਾ ਕੀ ਨਾਂ ਸੀ ਉਹਨਾਂ ਦੇ? ਚੱਕੜਾ ਪਿੰਡ ਸੀ ਤੁਹਾਡਾ? ਇਸ ਚੱਕੜਾ ਪਿੰਡ ਦੇ ਜਿਹੜੇ ਆਲੇ ਦੁਆਲੇ ਪਿੰਡ ਹਾਂ, ਕਿਸੇ ਦੇ ਨਾਂ ਲਵੋ? ਨਾਮ ਠੀਕ ਰਿਹਾ ਨਦਰੋਲ ਸ਼ਾਹਪੁਰ ਕਿਸੇ ਵੱਡੇ ਪਿੰਡ ਦਾ ਨਾਂ ਲਓ। ਇਹ ਪਿੰਡ ਵੱਡੇ, ਇਹ ਸਾਰੇ ਪਿੰਡ ਵੱਡੇ ਹਨ। ਇਹ ਆਪਣੇ ਚਕਲੇ ਦੇ ਨਾਲ ਸਾਡਾ ਮਤਲਬ ਜਿਹੜੀ ਖੈਰੀ ਹੈ, ਬੜੇ ਸ਼ਹਿਰ ਵਾਲਾ ਖੈਰੀ ਨੀ ਲਫੜਵਾ ਇਹ ਨੇ। ਅੱਛਾ, ਇੱਕ ਐਸਾ ਸ਼ਹਿਰ ਉਸ ਟਾਈਮ ਹਰ ਚੀਜ਼ ਜ਼ਰੂਰਤ ਦੀ ਮਿਲ ਜਾਂਦੀ ਰਹੀ ਹੈ। ਮਿਲਦੀ ਹੈ। ਅੱਛਾ, ਕਿੰਨੇ ਕੁ ਘਾਸ ਆ ਪਿੰਡ ਦੇ ਆਪਣੇ ਚੱਕੜੇ ਦੇ? ਚੱਕੜੇ ਸਰ ਮਤਲਬ ਕਿ ਅਸੀਂ ਦੋ ਹੀ ਘਰ ਦੇ ਮੁਸਲਮਾਨ, ਬਾਕੀ 100 ਘਰ ਸੈਣੀ ਦੇ। ਬਾਕੀ 100 ਘਰ ਜਿਹੜਾ ਇਹ ਸਾਰਾ ਸੈਣੀ ਕੌਮ ਹਿੰਦੂਆਂ ਦੀ। ਸਰਦਾਰ ਇਹ ਵੀ ਹਿੰਦੂ ਸੀ? ਨੰਬਰਦਾਰ ਕੌਣ ਸੀ ਪਿੰਡ ਦਾ? ਪਾਣੀ ਵਿੱਚ ਪਾਣੀ ਵਿੱਚ ਕੱਢ ਕੇ ਪੀਂਦੇ ਹਾਂ। ਸੈਣੀ ਕੌਮ ਤੇ ਮੁਸਲਮਾਨ ਇਹ ਸਾਰੇ ਇੱਕੋ ਖੂਹ ਦਾ ਪਾਣੀ ਪੀਂਦੇ ਹਨ? ਤੁਹਾਡਾ ਵਾਸਤੇ ਵੱਖਰਾ ਸੀ? ਫਿਰ ਜਿੰਨੇ ਵੀ ਆਪਣੇ ਘਰ ਸਨ ਸਾਰੇ ਨੇ ਛੋਟੀ ਛੋਟੀ ਖੂਹੀ ਬਣਾਈ। ਮਤਲਬ ਜਿਹੜੇ ਸੈਣੀ ਕੌਮ ਸੀ ਨਾ ਹਿੰਦੂ, ਉਹਨਾਂ ਫਿਰ ਮਤਲਬ ਆਪਣੇ ਮਹੱਲੇ ਚ ਮਤਲਬ ਪਤਾ ਨੀ ਕੋਈ 10-15 ਬਣਾਏ ਨੀ ਉਹਨਾਂ। ਅੱਛਾ, ਆਪਣੇ ਮਹੱਲੇ ਚਲੋ ਜੀ ਆ, ਪਾਣੀ ਤੋਂ ਹੋਰ ਕੋਈ ਨਹੀਂ ਮਤਲਬ ਸਖੀ ਇੰਨਾ ਕਿ ਸਾਡੇ ਦਾਦੇ ਦਾ ਮਤਲਬ ਕਿ ਜੇ ਤੁਹਾਨੂੰ ਪਾਣੀ ਨੇ ਤਾਂ ਧੋਵੋ, ਐਸਾ ਨਹੀਂ ਕਰਨਾ। ਠੀਕ ਹੈ, ਖੂਹ ਤਾਂ ਉਹੀ ਸਾਡਾ ਜੀ। ਅਤੇ ਜ਼ਮੀਨਾਂ ਨੂੰ ਲਗਾਉਣ ਵਾਸਤੇ ਕੋਈ ਬੰਦੋਬਸਤ ਨਹੀਂ ਖੂਹਾਂ ਦਾ? ਜ਼ਮੀਨਾਂ ਲਗਾਉਣ ਨੂੰ ਖੂਹ ਪਕਦਾ ਜੀ, ਉਸੇ ਖੂਹ ਦੀ ਜ਼ਮੀਨਾਂ ਨੂੰ ਪਾਣੀ ਲਾਉਂਦੇ ਨੇ? ਉਸੇ ਲਾਉਂਦੇ ਨੇ। ਕਿਹੜੀ ਕਿਹੜੀ ਫਸਲ ਹੁੰਦੀ ਸੀ ਉਸ ਟਾਈਮ? ਫਸਲ ਤਾਂ ਬਾਕੀ ਸਾਨੂੰ ਨਹਿਰ ਲੱਗਦੀ ਨਾਲ। ਅੱਛਾ, ਜੋ ਪਿੰਡਾਂ ਦੀ ਸਾਡੀ ਨਹਿਰੀ ਜ਼ਮੀਨ ਸੀ? ਹਾਂ, ਨਹਿਰੀ ਜ਼ਮੀਨ ਸੀ, ਉਹਦੇ ਖੂਹ ਜੇ ਲਾ ਦੇ ਉਹਦੇ ਪਿੰਡ ਦੀ। ਚਲੋ ਥੋੜ੍ਹਾ ਬਹੁਤਾ ਕਿਤੇ ਹੋਰ ਸਬਜ਼ੀ ਸੁਬਜ਼ੀ ਜਾਂ ਥੋੜ੍ਹਾ ਪੱਠੇ ਸਿੱਧੇ ਜੀ ਲਓ। ਬਾਕੀ ਸਾਡੀ ਜਿਹੜੀ ਜ਼ਮੀਨ ਹੈ 4 ਪਿੰਡਾਂ 'ਚ ਤਾਂ ਉਹਨੂੰ ਨਹਿਰ ਲੱਗਦੀ। ਉਹਨੂੰ ਨਹਿਰ ਲੱਗਦੀ? ਹਾਂ। ਅਤੇ ਕਿਹੜੀ ਕਿਹੜੀ ਫਸਲ ਹੁੰਦੀ? ਫਸਲ ਹੁੰਦੀ ਬਾਸਮਤੀ ਹੁੰਦੀ।
ਬਾਸਮਤੀ ਚਾਵਲ। ਅੱਛਾ ਇਹ 47 ਤੋਂ ਪਹਿਲੇ ਤੁਹਾਡੇ ਪਿੰਡ ਵਿੱਚ ਚਾਵਲ ਹੁੰਦੇ ਰਹੇ ਨੇ? ਅੱਛਾ ਪੁੱਛ ਦੀ ਜਿਹੜੇ ਮਰਜ਼ੀ ਬੀਜੋ ਸਭ ਹੋ ਗਏ, ਕਣਕ ਵੀ ਹੋਣੀ ਬੜੀ ਸਹੀ। ਕਿੰਨੀਆਂ ਕੁ ਦੁਕਾਨਾਂ ਹੋ ਪਿੰਡ 'ਚ? ਦੁਕਾਨਾਂ ਚਾਰ ਕੁ। ਚਾਰ ਦੁਕਾਨਾਂ ਹਨ? ਕਿਨ ਕਿਨ ਪਾਈ ਦੀ ਹਨ, ਕੀ ਨਾਂ ਸੀ ਉਹਨਾਂ ਦੇ? ਨਾਂ ਨੀ ਹੋ ਰਿਹਾ ਦਾਦਾ, ਯਾਦ ਨਹੀਂ ਯਾਦ। ਇੱਕ ਤੇ ਸਾਡੇ ਨਜ਼ਦੀਕ ਹੀ ਇੱਥੇ ਹੀ ਰਹਿੰਦੇ ਪਿੰਡ 'ਚ, ਇੱਥੇ ਤਾਂ ਉਸੇ ਹੀ ਵਧੀਆ। ਅਤੇ ਇੱਕ ਉਹ ਚੜ੍ਹਦੇ ਕੋਲੇ, ਇੱਕ ਪਹਾੜ ਕੋਲੇ, ਇੱਕ ਲੈਂਦੇ ਆ ਸਮਝ। ਨਾਈ ਕੌਣ ਸੀ ਪਿੰਡ ਦਾ? ਨਾਈ ਸਾਡਾ ਮਤਲਬ ਨਗਰੋੜ ਦਾ। ਨਗਰੋੜ ਦਾ ਕੀ ਨਾਂ ਸੀ ਉਹਦਾ? ਉਹ ਸਾਡੀ ਮਤਲਬ ਕੋਈ ਮੁਸਲਮਾਨ ਗਿਆ। ਮੁਸਲਮਾਨ ਸੀ? ਤੁਸੀਂ ਮਸਜਿਦ ਵਗੈਰਾ ਤਾਂ ਨਹੀਂ ਪਿੰਡ 'ਚ ਹੋਣੀ ਕੋਈ? ਮਸਜਿਦ ਕੋਈ ਨਹੀਂ। ਆ ਦੋ ਹੀ ਘਰ ਸਨ? ਮੰਦਰ ਹੈ ਸੀ? ਮੰਦਰ ਹੈ। ਅੱਛਾ ਕਿਹੜੇ ਪਾਸੇ ਸੀ ਪਿੰਡ ਤੋਂ? ਉਹ ਪਿੰਡ ਦੱਖਣ ਦੱਖਣ ਵਾਲੀ ਸਾਈਡ ਦੇ ਮੰਦਰ ਸੀ ਤੁਹਾਡੇ ਪਿੰਡ ਵਿੱਚ? ਠੀਕ ਹੋ। ਬਾਕੀ ਸਾਡੇ ਜਿਹੜੇ 60 ਘਰ ਹੈ ਉਹ ਮਸਜਿਦ ਹੀ ਹੈ। ਉਹ 60 ਘਰ ਕਿੱਥੇ ਹਨ? ਉਹ ਨਾਲ ਹੀ ਨਜ਼ਰੋਲ ਹਨ ਪਿੰਡ ਬੜੇ ਇੰਨਾ ਜਿੰਨਾ ਠੀਕ ਹੋ ਤੱਕਦਾ ਪਿਆ ਤੁਹਾਡੇ ਨਾਲ। ਅੱਛਾ ਇੰਨਾ ਨਜ਼ਦੀਕ ਹੀ ਨਜ਼ਦੀਕ ਅਤੇ ਜੁੰਮਾ ਵਗੈਰਾ ਪੜ੍ਹਨ ਉੱਥੇ ਜਾਂਦੇ ਰਹੇ? ਹਾਂ ਉੱਥੇ। ਠੀਕ ਹੈ। ਈਦ ਪੜ੍ਹਨੀ ਸਾਮੀ ਉੱਥੇ? ਠੀਕ ਹੈ। ਅਤੇ ਪਿੰਡ ਵਿੱਚ ਮੇਲਾ ਛੇਲਾ ਲੱਗਦਾ ਸੀ ਕੋਈ? ਮੇਲਾ ਕੋਈ ਕੋਈ ਮੇਲਾ ਨਹੀਂ ਲੱਗਦਾ। ਇੱਕ 5 ਪੀਰ ਹੈ ਸਾਡੇ ਲਾਗੇ ਚੜ੍ਹਦੇ। ਉਹ ਕਿਹੜੇ ਪਿੰਡ ਹਨ? ਉੱਥੇ ਹੈ ਪਿੰਡ ਵਿੱਚ ਚੱਕੜੇ? ਹਾਂ ਚੱਕੜੇ ਨਾਲ ਹੀ, ਮਤਲਬ ਉਹਨੂੰ 5 ਪੀਰ ਕਹਿੰਦੇ ਉਹ ਜਗ੍ਹਾ ਨੂੰ, ਉੱਥੇ ਹੁੰਦੇ ਰਿਹਾ। ਬਜ਼ੁਰਗਾਂ ਪਹਿਲੇ ਵੀ ਦੱਸਿਆ ਸਾਨੂੰ ਕਿ ਇਸ ਮੇਲਾ ਹੁੰਦਾ ਸੀ 5 ਸਾਲ ਬਾਅਦ। ਅਤੇ ਕੋਈ ਉੱਥੇ ਕੁਸ਼ਤੀ ਵਗੈਰਾ ਵੀ ਹੁੰਦੀ ਸੀ, ਕੁੱਡੀ ਵਗੈਰਾ? ਕੁਸ਼ਤੀ ਵਗੈਰਾ ਕੋਈ ਨਹੀਂ, ਉਹਦੇ ਨਾਂ ਹੀ ਦੇਖੀ ਨਾ ਹੋਈ। ਮੇਲੇ 'ਤੇ ਜਿਸ ਤਰ੍ਹਾਂ ਅੱਜ ਕੱਲ੍ਹ ਦੁਕਾਨਾਂ ਆਉਂਦੀਆਂ ਨੇ, ਉਸ ਵਕਤ ਵੀ ਦੁਕਾਨਾਂ ਆਉਂਦੀਆਂ ਮੇਲੇ 'ਤੇ? ਹਾਂ ਆਉਂਦੀਆਂ, ਚੱਲ ਥੋੜ੍ਹੀਆਂ, ਕੋਈ ਇੱਦਾਂ ਨਹੀਂ ਨਾ ਹੁੰਦਾ ਦਿਹਾੜੀ ਦਿਹਾੜੀ ਦਾ ਹੀ। ਕਾਹਦੀ ਕਾਹਦੀ ਦੁਕਾਨ ਹੁੰਦੀ? ਦੁਕਾਨ ਹੈ ਮਠਿਆਈ ਦੀ, ਕਾਹਦੀ ਹੁੰਦੀ ਹੈ? ਨਹੀਂ ਜਿਸ ਤਰ੍ਹਾਂ ਖਿਲੌਣੇ ਵਗੈਰਾ, ਮਨਿਆਰੀ ਵਗੈਰਾ, ਬੱਚੇ? ਉਹ ਨਹੀਂ। ਕੋਈ ਨਹੀਂ, ਉਹ ਨਹੀਂ। ਉਦੋਂ ਬੱਚੇ ਕੀ ਖਰੀਦਦੇ ਰਹੇ ਨੇ ਖਿਡੌਣੇ ਖੇਡਣ ਵਾਸਤੇ? ਮੈਂ ਤਾਂ ਦੇਖਿਆ ਕੋਈ ਨਹੀਂ, ਨਾ ਕਦੇ ਦੇਖੀ ਹੋਈਆਂ। ਉਦੋਂ ਤੁਸੀਂ ਬਚਪਨ 'ਚ ਕਿਹੜੀਆਂ ਖੇਡਾਂ ਖੇਡਦੇ ਰਹੇ ਹੋ ਦੱਸੋ? ਅਸੀਂ ਅਸੀਂ ਖੁਸ਼ੀ ਵੀ ਕਰਦੇ ਰਹੇ, ਘੁਲਦੇ ਰਹੇ ਹਾਂ। ਅੱਛਾ ਕੌਡੀ ਵੀ ਖੇਡਦੇ? ਕੌਡੀ ਵੀ ਖੇਡਦੇ ਸੀ। ਕੋਈ ਖਿੱਦੂ ਸ਼ਿੱਦੂ ਗੱਤੇ ਸ਼ਿੱਦੂ ਨਹੀਂ? ਗੱਤਾ ਵੀ ਖੇਡਿਆ, ਖਿੱਦੂ ਵੀ ਖੇਡਿਆ, ਉਹ ਲੰਮਾ ਉਹ ਵੀ ਖੇਡਿਆ। ਹਾਂ ਗੱਤਾ ਵੀ ਖੇਡਿਆ, ਗੁੱਲੀ ਡੰਡਾ ਵਗੈਰਾ? ਹਾਂ ਗੁੱਲੀ ਡੰਡਾ ਵੀ ਖੇਡਿਆ, ਉਦੋਂ ਬਹੁਤੇ ਹੋਏ ਸਰ। ਅਤੇ ਜਿਸ ਤਰ੍ਹਾਂ ਅੱਜ ਕੱਲ੍ਹ ਮਹਿਮਾਨ ਆਏ ਦਾ ਤਾਂ ਅਸੀਂ ਫੌਰਨ ਚਾਹ ਬਣਾਉਂਦੇ ਹਾਂ ਘਰ 'ਚ, ਉਦੋਂ ਇਹੀ ਕਰਵਾ ਚਾਹ ਦਾ ਪਿੰਡ ਤੁਹਾਡੇ 'ਚ? ਚਾਹ ਚੂਹ ਕੋਈ ਨਹੀਂ, ਦੁੱਧ ਹੋਵੇ ਪਿਲਾ ਦੇ। ਦੁੱਧ ਪਿਲਾ ਦੇ? ਅਤੇ ਨਹਾਉਣ ਵਾਸਤੇ ਸਾਬਣ ਵਗੈਰਾ ਇਸਤੇਮਾਲ ਹੁੰਦਾ ਸੀ? 47 ਤੋਂ ਪਹਿਲੇ ਵੀ ਸਾਬਣ ਤੁਸੀਂ ਇਸਤੇਮਾਲ ਕਰਦੇ ਰਹੇ ਹੋ? ਅਤੇ ਕੱਪੜੇ ਧੋਣ ਵਾਸਤੇ ਵੀ ਸਾਬਣ? ਕੱਪੜੇ ਧੋਣ ਵਾਸਤੇ ਸਾਬਣ, ਬਹੁਤਾ ਆਮ ਕਲਰ ਹੀ ਵੇਖਦੇ ਹਾਂ। ਕਲਰ ਤਾਂ ਫਿਰ ਉਹ ਚਿੱਟਾ ਹੋਣਾ, ਚਿੱਟਾ ਸਾਡੇ ਉਹਦੇ ਜੂਹ ਪਏ ਹੋਣੇ ਨਾ, ਅਤੇ ਉਹ ਹੋਣੀਆਂ ਕਲਰੀਆਂ ਉਹਨਾਂ ਵਿੱਚ, ਫਿਰ ਉਹ ਚਿੱਟਾ ਜਿਹਦੇ ਛੋਟਾ ਨਹੀਂ ਹੁੰਦਾ ਇਹਨਾਂ ਦਾ ਚਿੱਟਾ, ਰਾਤ ਨੂੰ ਕੀ ਲਾਈਟ ਕਾਹਦੀ ਕਰਦੇ ਰਹੇ? ਅੱਜ ਕੱਲ੍ਹ ਤਾਂ ਬਲਬ ਬਾਲ ਲਿਆ ਫਿਰ ਬਣੇ ਬੱਤੀ ਦੇ ਘਰ, ਜਿਹੜੇ ਘਰ ਬੱਤੀ ਹੈ ਮੇਰੇ ਘਰ ਬੱਤੀ ਹੈ, ਬੱਤੀ ਬਦਲ ਵਾਲੀ ਲਾਲਟ ਲੈਣ ਆਮ ਪੌਦੇ ਟੀਵੀ ਚੱਲ। ਅੱਛਾ ਟੀਵੀ 'ਚ ਤੇਲ ਪਾਉਂਦੇ ਨੇ, ਮਿੱਟੀ ਦਾ ਤੇਲ ਹੈ? ਅਤੇ ਜਿਸ ਤਰ੍ਹਾਂ ਥਰੈਸ਼ਰ ਲੱਗੀ ਹੁੰਦੀ ਅੱਜ ਕੱਲ੍ਹ ਅਸੀਂ ਕਣਕ ਉਤਰ ਲੈਂਦੇ ਹਾਂ ਫੌਰਨ, ਤੁਸੀਂ ਕੀ ਕਰਦੇ ਰਹੋ? ਹਲੇ ਹਲੇ ਚੰਗਾ ਨਾ ਜੋਗਾ ਨਾ ਕਰ। ਕਿੰਨੀ ਕੁ ਜ਼ਮੀਨ ਸੀ ਬਾਪੂ ਕੋਲ? ਜ਼ਮੀਨ ਇੱਕ ਪਿੰਡ 'ਚ 3 ਕਿੱਲੇ। ਅੱਛਾ ਜਿੱਥੇ ਹੀ ਰਹਿੰਦੇ ਸੀ ਉੱਥੇ 10 ਕਿੱਲੇ। ਅੱਛਾ ਯਾਨੀ ਕਿ ਟੋਟਲੀ 13 ਕਿੱਲੇ ਜ਼ਮੀਨ ਬਾਪੂ ਕੋਲ ਹੈ। ਹੋਰ ਪਿੰਡ ਸੀ ਉੱਥੇ 6 ਕਿੱਲੇ, ਅਗਰ ਦੂਸਰੇ ਪਿੰਡ ਜਿਹੜਾ ਉੱਥੇ 2 ਕਿੱਲੇ। ਇਸ ਤਰ੍ਹਾਂ ਦਾ ਮਤਲਬ ਘਾਹ ਚੁੱਪ ਚੁੱਪ 15-16 ਕਿੱਲੇ ਦਿੰਦੀ ਨਾ। 15-16 ਕਿੱਲੇ ਦੀ ਬਾਈ ਹੈ ਤੁਹਾਡੇ ਬਾਪੂ ਕੋਲ? ਅਤੇ ਕਿੰਨੀਆਂ ਝੋਗਾ ਰੱਖੀ ਦਾ? ਝੋਗਾ 2। 2 ਕਦੇ ਇੱਕ ਨਹੀਂ ਬਣਾ ਲਈ, ਕਦੇ 2। ਕੋਈ ਯਾਦ ਆ ਕਿ ਜਿਹੜੇ ਕੋਈ ਅੱਜ ਤੱਕ ਤੁਹਾਨੂੰ ਭੁੱਲੇ ਨਾ ਹੁਣ ਢੱਗੇ ਰੱਖੇ ਤੇ ਉਹਨਾਂ ਦੇ ਰੰਗ ਤੁਹਾਨੂੰ ਯਾਦ ਹੋਣ, ਜਿਹੜੇ ਤੁਹਾਨੂੂੰ ਨਹੀਂ ਭੁੱਲਿਆ ਅੱਜ ਤੱਕ? ਨਾ ਬਿਲਕੁਲ। ਕਿਸਾ ਰੰਗ? ਕਾਲੇ ਧੱਗਿਆਂ ਦੀ ਜੋਗ ਬਣਾ ਲਈ, ਬੜੀ ਫਸਟ ਕਲਾਸ ਕਾਲੇ ਢੱਗੇ ਕਾਲੇ ਕਾਲੇ ਰੰਗ। ਅੱਛਾ ਕਾਲਾ ਥੇਲਾ ਚੰਗੇ ਮੋਟੇ ਢੱਗੇ ਚੋ ਦੇਸੀ ਹਨ? ਧਨੀ ਦੇ? ਨਹੀਂ ਧਨੀ ਦੇ ਨਹੀਂ, ਦੇਸੀ। ਅੱਛਾ ਅਤੇ ਜਦੋਂ ਤੁਸੀਂ ਉੱਥੋਂ ਛੱਡ ਕੇ ਸਭ ਕੁਛ ਤੁਹਾਨੂੰ ਪਤਾ ਚੱਲ ਗਿਆ ਕਿ ਇੱਥੋਂ ਅਸੀਂ ਛੱਡ ਕੇ ਚਲਾ ਜਾਣਾ, ਅਤੇ ਆਉਣ ਲੱਗਿਆਂ ਜਿਹੜੇ ਸੈਨਿਕ ਕੌਮ ਸੀ ਉਹਨਾਂ ਨੇ ਤੁਹਾਡੇ ਨਾਲ ਸਲੂਕ ਕਿਸਾ ਕੀਤਾ? ਉਹਨਾਂ ਨੇ ਸਲੂਕ ਕਰਨਾ ਇਸ ਤਰ੍ਹਾਂ ਕੀਤਾ ਕਿ ਅਸੀਂ ਆਏ ਸੀ ਉੱਥੇ ਇਕੱਲੇ, ਬਾਕੀ ਇਹ ਥੋੜ੍ਹੀ ਸਾਨੂੰ ਅੱਛਾ ਜੀ।
ਅੱਛਾ ਉਹ ਕਹਿਣ ਲੱਗੇ ਜੀ ਹੁਣ ਹਿੰਦੁਸਤਾਨ ਮਤਲਬ ਜਿਹੜੇ ਨਾ ਮੁਸਲਮਾਨ ਪਾਕਿਸਤਾਨ ਜਾ ਰਹੇ ਅਤੇ ਸਾਡੇ ਜਿਹੜੇ ਉੱਧਰ ਨੇ ਹਿੰਦੂ ਉਹ ਸਾਡੇ ਇੱਥੇ ਆ ਰਹੇ ਉਹਨਾਂ ਬੜਾ ਸਾਨੂੰ ਸਲੂਕ ਕੀਤਾ ਹੈ ਵੀ ਸਾਨੂੰ ਲਾ ਕੇ ਜੀ कपड़े पाओ जिन्हें पाने ला के पंद्रह सियाने जो कह लगे जी बाहर खेल च पाना अगे मोर्चे लाए ने चलते हम जिन्हें उसे करके सू पहुंचा मास्क ला अच्छा जो सियाने जी हैं वह कह लगे कि ना सू मार देना बार हाल अगे उन्होंने बड़ा उदो जी कोई नहीं किया पूरा अगे करके पूरा पता नहीं मील आया दो मील पिछले साढ़े नहीं बंदे जाते हैं रास्ता मतलब पड़ गए पहले भी इधर रिश्तेदारियां सब लोग चार में बड़ी रिश्तेदारी बंदा एक फिर अगे उन्होंने आखा जी तुझे और सारी कल कर दी मेरे पास उन्हें रहा छप जिधर मोर्चे ना लाए ना वो चकते हैं ना दोनों लंबे हैं ना क्या छाते हो फिर आओ कराओ पैर मैं अभी पढ़ लेता हूँ छाते ली कराओ कराओ पैर चार भैया अच्छा अच्छा तो लाख चार भैया अगर उधर न जाने तो हो सकता है नुकसान हाँ बिल्कुल बिल्कुल बंदे से आने ना तो जो ना क्या हो सकता है उधर जाइए ना सामने पैर ना ते यहाँ कोई सर कुछ यार नहीं कोई बिल्कुल वो खा दिया ठीक है बाहर हाँ इस तरह से मतलब मजा करे तो आपने चार भे ਕੋਈ ਚੀਜ਼ ਨਹੀਂ ਰਹਿੰਦੀ ਖੁਦਾ ਦੇ ਕੋਈ ਚੀਜ਼ ਨਹੀਂ ਰਹਿ ਕੇ ਹਾਂ ਜਿਹੜੀ ਉਹ ਲੈਦੀ ਕੋਠੀਆਂ ਲੱਗੀਆਂ ਉਹ ਮਾਲ ਉਹ ਵੀ ਰਿਹਾ ਜਿੰਨੇ ਡੰਗਰ ਸਨ ਜੋ ਹਾਂ ਮਾਲ ਉੱਥੇ ਰਿਹਾ ਪੇਟੀਆਂ ਮਾਲ ਕੋ ਵੀ ਪਾਈ ਖਾਣ ਲੱਗ ਅੱਛਾ ਗਾਈਆਂ ਤੇ ਮੈਂ ਨਹੀਂ ਸੀ ਗਾਈਆਂ ਦੇ ਬੱਚੇ ਬਹਿਣੀਆਂ ਤੇ ਸਾਰੀ ਛੱਡ ਆਏ ਪਾਈ ਹਾਂ ਤੇ ਉਸ ਪਿੰਡ ਜਿੱਤੇ ਇਸ ਪਿੰਡ ਦੇ ਰਹਿਣ ਸਹਿਣ ਵਿੱਚ ਤੁਸੀਂ ਕਿੰਨਾ ਫਰਕ ਮਹਿਸੂਸ ਕੀਤਾ ਹੈ ਫਰਕ ਜੀ ਉਹ ਉਸ ਨਹਿਰੀ ਇਲਾਕਾ ਹੈ ਨਾ ਉਹ ਤੇ ਬੜਾ ਔਰ ਉਹ ਕਿਆ ਬਾਤ ਹੈ ਪਰ ਉਹ ਮਿਲਣਾ ਕਿਸੇ ਹੁਣ ਤੱਕ ਰਹੇ ਅਸੀਂ ਟੀਕਾ ਨਹੀਂ ਮੈਂ ਹੁਣ ਨਹੀਂ ਮਿਲਣਾ ਇਹ ਹੁਣ ਤੱਕ ਆਸ ਰਹੀ ਕਿ ਪਾਪਾ ਚੱਲ ਜਾਣਾ ਹਾਂ ਠੀਕ ਹੈ ਤੂੰ ਆਪਣਾ ਜਿਹੜਾ ਜਮਨ ਭੋਗ ਹੈ ਉਹ ਤੇ ਯਾਦ ਆਇਆ ਤੁਹਾਨੂੰ ਹਾਂਜੀ ਦਿਲ ਕਰਦਾ ਜਾਣ ਨੂੰ ਪਿੰਡ ਦਾ ਹੀ ਤੇਰਾ ਕਿੱਥੇ ਜਾ ਰਹੀ ਹੁਣ ਪਾਕਿਸਤਾਨ ਵਾਲੇ ਨੇ ਕਿਹਾ ਉਹ ਕਹਿੰਦੇ ਜਾ ਰਹੀ ਅਗਰ ਗਵਰਨਮੈਂਟ ਚੱਜ ਦੇ ਆ ਫਿਰ ਦੇ ਸ਼ਾਮ ਮਾਰ ਜਾ ਬੁੱਢੇ ਨੇ